ਬੀਤੇ ਦਿਨੀ ਪੰਜਾਬ ਦੇ ਵਿੱਚ ਤਾਪਮਾਨ ਚ ਗਿਰਾਵਟ ਕਰਕੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ, ਪਰ ਅਜੇ ਹੀਟ ਵੇਵ ਦਾ ਖਤਰਾ ਟਲਿਆ ਨਹੀਂ ਹੈ। ਮੌਸਮ ਵਿਭਾਗ ਨੇ ਪੰਜਾਬ ਚ 4 ਜੂਨ ਤੱਕ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। 5 ਜੂਨ ਤੋਂ ਹਾਲਾਂਕਿ ਕੁਝ ਰਾਹਤ ਜ਼ਰੂਰ ਦਿਖਾਈ ਦੇ ਰਹੀ ਹੈ। ਵੈਸਟਰਨ ਡਿਸਟਰਬੈਂਸ ਯਾਨੀ ਕਿ ਪੱਛਮੀ ਗੜਬੜੀ ਕਰਕੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ, ਤਾਂ ਉੱਧਰ ਪੰਜਾਬ ਦੇ ਰਾਜਸਥਾਨ ਨਾਲ ਕਹਿੰਦੇ ਮਾਲਵੇ ਖਿੱਤੇ 'ਚ ਗਰਮੀ ਜਲਵਾ ਦਿਖਾ ਰਹੀ ਹੈ। ਇਸ ਖਿੱਤੇ ਦੇ ਸ਼ਹਿਰ ਫਰੀਦਕੋਟ 'ਚ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ 1 ਜੂਨ ਸ਼ਾਮ ਨੂੰ ਇੱਥੇ ਝੁੱਲੀ ਹਨੇਰੀ ਅਤੇ ਪੰਜਾਬ ਵਿੱਚ ਟੁੱਟਵੇਂ ਥਾਵਾਂ 'ਤੇ ਪਏ ਸ਼ਰਾਟਿਆਂ ਤੋਂ ਬਾਅਦ ਪਾਰੇ 'ਚ ਥੋੜ੍ਹੀ ਗਿਰਾਵਟ ਆਈ ਸੀ, ਪਰ ਲੰਘੇ ਕੱਲ੍ਹ ਪਿਛਲੇ ਦਿਨਾਂ ਦੀ ਤੁਲਨਾ ਦੇ ਮੁਤਾਬਕ ਜ਼ਿਆਦਾ ਗਰਮੀ ਵਾਲਾ ਦਿਨ ਸੀ। ਮਾਲਵੇ ਦੇ ਸ਼ਹਿਰ ਬਰਨਾਲਾ ਦੇ ਵਿੱਚ ਤਾਪਮਾਨ 45 ਡਿਗਰੀ ਤੋਂ ਵੱਧ ਸੀ, ਬਠਿੰਡਾ ਦੇ ਵਿੱਚ 45 ਡਿਗਰੀ ਦੇ ਕਰੀਬ ਸੀ, ਫਿਰੋਜ਼ਪੁਰ ਦੇ ਵਿੱਚ ਵੀ ਤਾਪਮਾਨ 44.2 ਡਿਗਰੀ ਸੀ। ਮੌਸਮ ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੱਛਮੀ ਗੜਬੜੀ ਕਰਕੇ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ, ਕਣੀਆਂ ਪੈਣ ਦੇ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਹਾਲਾਂਕਿ ਸਿਹਤ ਮਾਹਰਾਂ ਦਾ ਇਹ ਮੰਨਣਾ ਹੈ ਕਿ ਹਸਪਤਾਲਾਂ ਦੇ ਵਿੱਚ ਗਿਣਤੀ ਹੈ ਜੋ ਮਰੀਜ਼ਾਂ ਦੀ ਉਹ ਵੱਧ ਰਹੀ ਹੈ, ਇਸ ਕਰਕੇ ਅਹਿਤਿਆਤ ਵਰਤਣ ਦੀ ਲੋੜ ਹੈ।